बिस्मिल्लाहिर्रहमानिर्रहीम, अस्सलाम वालेकुम। क्या हाल मेरे बहन भाइयों? अलहमदुल्ला ठीक है। मैं देखे तुस ठीक हो तो मेरे बार ये तुम देख रहे हो कद्दू शरीफ नाल लियांदी है मैं चने की दाल, क्योंकि ये असी अज पकावनी, क्योंकि सुबह सुबह नाल, क्योंकि सूरज हजे ताईं हुण निकल रहा, क्योंकि साढ़े अगे वेहड़े दे विच काफ़ी छां रही है, थोड़ी थोड़ी जिहड़ी ना धुप भी आ रही है। तो ये असी बनावना जी सुबह नाल दा नाश्ता, नाश्ता कद्दू और चनिया की दाल, क्योंकि ये असी कि ला जाने, क्योंकि अज जो ना साढ़े जड़े कद्दू असी बीजे होने खेतों के ਉੱਥੇ ਜਿਹੜਾ ਅਸੀਂ ਅੱਜ ਨਾਸ਼ਤਾ ਲਾ ਜਾਣਾ ਬਾਈ ਸਲੀਮ ਵਾਸਤੇ ਔਰ ਅੱਬੂ ਵਾਸਤੇ। ਅਤੇ ਇਹ ਅੰਮੀ ਜਲਦੀ ਜਲਦੀ ਨਾਸ਼ਤਾ ਤਿਆਰ ਕਰਨ ਦੀ ਔਰ ਆਪਣੇ ਪਿਆਰੇ ਵਿਵਰਾਂ ਨੂੰ ਜਾ ਕੇ ਜ਼ਰੂਰ ਸ਼ੇਅਰ ਕਰ ਸਕਾਂ, ਕਿਉਂਕਿ ਪਾਣੀ ਲੱਗ ਰਿਹਾ ਹੈ ਅਤੇ ਕਾਫ਼ੀ ਲੋ ਹੈ ਨਾ, ਇਸ ਦੀ ਵਜ੍ਹਾ ਤੋਂ ਪਾਣੀ ਵੀ ਇਹਨਾਂ ਨੂੰ ਅੱਛਾ ਹੋਣਾ ਚਾਹੀਦਾ, ਕਿਉਂਕਿ ਇੱਡੀ ਇੱਡੀ ਵਲ ਜਿਹੜੀ ਨਾ ਹੋ ਚੁੱਕੀ ਹੈ। ਤੁਹਾਨੂੰ ਆਪਣੇ ਪਿਆਰੇ ਵਿਵਰਾਂ ਨੂੰ ਸ਼ੇਅਰ ਵੀ ਕੀਤੀ ਹੈ, ਕਿਉਂਕਿ 2 ਦਿਨਾਂ ਦੇ ਵਿੱਚ ਪਾਣੀ ਵੀ ਲੱਗ ਜਾ ਸੀ। ਇਡਲੀ ਸਾਡੇ ਲਈ ਪੱਖਾ ਜਿਹੜਾ ਨਾ, ਇਹ ਅੰਮੀ ਹਜੇ ਤਾਈਂ ਅੰਦਰ ਕੋਈ ਨਹੀਂ ਰੱਖਿਆ, ਕਿਉਂਕਿ ਧੁੱਪ ਤੋਂ ਬਾਹਰ ਜਿਹੜਾ ਇਹਨਾਂ ਦੀ ਲੀਡ ਜਾਂ ਇਹਦੀ ਜਿਹੜੀ ਤਾਰ ਹੈ ਇਹ ਘਿਰ ਜਾਂਦੀ ਧੁੱਪ 'ਤੇ, ਅਤੇ ਇਹਨੂੰ ਵੀ ਅੰਦਰ ਰੱਖ ਦਿੰਦੇ ਹਾਂ। ਅਤੇ ਬਾਕੀ ਇਹ ਦਿੰਦੇ ਅੰਮੀ ਨੂੰ ਕੱਦੂ, ਅਤੇ ਅੰਮੀ ਰੱਖ ਕੱਦੂ ਤਿਆਰ ਕਰਨ ਦੀ ਪਹਿਲ, ਅਤੇ ਇਹਨਾਂ ਨੂੰ ਮਚਾਲ ਕੇ ਰੱਖਣਾ ਅੰਦਰ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਅਸਲਾਮ ਅਲੈਕੁਮ, ਕੀ ਹਾਲ ਮੇਰੇ ਭੈਣ ਭਾਈਓ? ਅਲਹਮਦੁਲਿਲਾ ਅਸੀਂ ਠੀਕ ਹਾਂ, ਉਮੀਦ ਹੈ ਕਿ ਤੁਸੀਂ ਠੀਕ ਹੋ। ਸੋ ਸਾਰੇ ਜਣਾ ਸੁਬਾਹ ਨਾਲ ਕੰਮ ਸਭ ਕੁੰਝ ਲਿਆ, ਬਾਕੀ ਰਹਿ ਗਿਆ ਝਾੜੂ, ਇਹ ਵੀ ਦੇ ਲੈਂਦੇ ਹਾਂ, ਅਤੇ ਨਾਲ ਉਸ ਤੋਂ ਬਾਅਦ ਕਰਸਾ ਹੈ ਨਾਸ਼ਤਾ ਤਿਆਰ, ਕਿਉਂਕਿ ਸੁਬਾਹ ਨਾਲ ਸਾਡੇ ਚਾਹ ਬਿਸਕਟ ਹੁੰਦੇ ਹਨ, ਅਤੇ ਚਿਰਕੀ ਸਾਡੀ ਰੋਟੀ ਬਣਦੀ ਹੈ ਸਾਲਣ ਰੋਟੀ, ਅਤੇ ਨਾਲ ਸੁਬਾਹ ਨਾਲ ਜਿਹੜੇ ਬਿਸਕਟ ਖਾਧੇ ਨੇ ਉਹ ਕਵਾ ਰੁੰਝੇ ਚੁੱਲ੍ਹੇ ਦੇ ਵਿੱਚ ਪਾਏ, ਅਤੇ ਅੱਜ ਸਾਰੇ ਸਾਰੇ ਨਾਸ਼ਤਾ ਕਰ ਲਿਆ ਚਾਹ ਬਿਸਕਟ ਦਾ, ਕਿਉਂਕਿ ਸਲੀਮ ਅਤੇ ਸਲੀਮ ਦੇ ਅੱਬੂ ਲਾਉਣਾ ਹੈ ਪਾਣੀ ਸਬਜ਼ੀ ਨੂੰ, ਉਹ ਸਬਜ਼ੀ ਨੂੰ ਪਾਣੀ ਲਾਉਣ ਗਏ ਹਨ, ਅਤੇ ਬੱਗੀ ਅਤੇ ਮੈਂ ਖਾਣਾ ਤਿਆਰ ਕਰ ਲੈਂਦੇ ਹਾਂ, ਬੱਗੀ ਪਿੱਛੂ ਨਾਲ ਦੇ ਵਾਸਤੇ ਨਾਸ਼ਤਾ ਲਾ ਜਾ ਸੀ। ਅਤੇ ਮੈਂ ਅਤੇ ਮੇਰੇ ਵਾਰ ਜਿਹੜਾ ਮੈਂ ਸਿਰਫ ਖਾਣਾ ਅਤੇ ਨਾਲ ਪਾਣੀ ਪਾਣੀ, ਕਿਉਂਕਿ ਉਹਨਾਂ ਨੂੰ ਅਪਣਾਈ ਰੱਖਾਂ, ਉੱਥੇ ਦਾ ਪਾਣੀ ਜਿਹੜਾ ਥੋੜ੍ਹਾ ਗਰਮ ਹੁੰਦਾ, ਇੱਥੋਂ ਚਲੋ ਨਾਲ ਬਰਫ਼ ਹੀ ਮਿਲ ਜਾਂਦੀ ਹੈ, ਔਰ ਕੂਲਰ ਦੇ ਵਿੱਚ ਮੈਂ ਨਾ ਕਿ ਅੱਜ ਕੂਲਰ ਦੇ ਕਾਫ਼ੀ ਜ਼ਿਆਦਾ ਪਾਣੀ ਵੀ ਲਾ ਜਾਸਾਂ, ਕਿਉਂਕਿ ਹਿੱਕੇ ਟਾਈਮ ਪਾਣੀ ਵੀ ਠੰਡਾ ਰਹਾ ਸੀ, ਅਤੇ ਔਰ ਅੱਬੂ ਰੱਖਣ ਨਾਸ਼ਤਾ ਵੀ ਲੈ ਜਾਸਾਂ, ਅਤੇ ਔਰ ਅੰਮੀ ਔਰ ਜਿਹੜਾ ਆਪਣਾ ਝਾੜੂ ਵਗੈਰਾ ਦੇ ਰਹੇ, ਜਿਹੜੇ ਸੁਬਹ ਸੁਬਹ ਨਾਲ ਅੰਮੀ ਜਿਹੜੀਆਂ ਮੰਜੀਆਂ ਨਾ ਉਹ ਪਾ ਦਿੱਤੀਆਂ ਅੰਦਰ, ਕਿਉਂਕਿ ਧੁੱਪ ਤਾਂ ਨਹੀਂ ਠੀਕ ਹੁੰਦੀ ਹਜੇ ਤਾਈਂ, ਤਾਂ ਧੁੱਪ ਕਾਹਦੇ ਨਹੀਂ, ਵੈਸੇ ਅੰਮੀ ਪਾ ਦਿੱਤੀਆਂ ਕਾਫ਼ੀ ਧੁੱਪ ਤਾਂ, ਵੈਸੇ ਉਂਝ ਹੁਣ ਵੀ ਸੁਬਹ ਸੁਬਹ ਨਾਲ ਵੀ ਗਰਮੀ ਬਣ ਚੁੱਕੀ ਹੈ, ਅਤੇ ਸਾਡੇ ਜਿਹੜਾ ਬੂਟਾ ਹੈ ਨਾ ਇਹ ਸਾਰਾ ਜਿਹੜਾ ਸੁੱਕ ਗਿਆ, ਕਿਉਂਕਿ ਇਹ ਆਖ ਰਹਿਣ ਕਿ ਸਰਦੀਆਂ ਦੇ ਵਿੱਚ ਬਿਹਤਰੀਨ ਹੋ ਗਿਆ ਸੀ, ਬਾਕੀ ਬੂਟੀ ਵਗੈਰਾ ਮਾਸ਼ਾਅੱਲਾ ਤਾਂ ਪਿਆਰੀ ਪਿਆਰੀ ਹੋਈ ਖਲੀਏ, ਅਤੇ ਅੰਮੀ ਜਿਹੜਾ ਕੀ ਚਾਹੁੰਦੇ ਉੱਤੋਂ ਜਿਹੜਾ ਝਾੜੂ ਦੇ ਰਹੀ ਹੈ। ਮੈਂ ਜਿਹੜਾ ਪਹਿਲਾਂ ਦੇ ਦਿੰਦੀ ਹਾਂ ਉੱਤੋਂ ਤਾਂ ਮੈਂ ਦੇ ਲਈਏ, ਕਾਫ਼ੀ ਜਿਹੜਾ ਹੋਰ ਤਾਂ ਨਹੀਂ ਗੰਦ ਆਉਂਦਾ, ਕਿਉਂਕਿ ਕਿੱਕਰ ਜਿਹੜਾ ਖੁਸ਼ਕ ਹੋ ਕੇ ਨਾ ਲੌਂਗ ਕਾਫ਼ੀ ਜ਼ਿਆਦਾ ਕਿਰਦੀ ਰਹਿੰਦੀ ਹੈ, ਸਫਾਈ ਕਰਨੀ ਜ਼ਰੂਰੀ ਹੁੰਦੀ ਹੈ। ਪਹਿਲਾਂ ਤਾਂ ਮੈਂ ਸਫਾਈ ਕਰ ਲੈਂਦੀ ਹਾਂ ਕਿਚਨ ਤੋਂ, ਉਸ ਤੋਂ ਬਾਅਦ ਦੇ ਲਈ ਸਾਂ ਵਿਹੜੇ ਦੇ ਵਿੱਚੋਂ ਸਾਰੀ। ਜ਼ਿਆਦਾਤਰ ਤਾਂ ਲੌਂਗ ਜਿਹੜੀ ਕੀ ਕਰਦੀ ਉਹ ਉਸ ਟਾਈਮ ਖਿਲਰਦੀ ਜਿਸ ਟਾਈਮ ਸਿਆਲਾ ਆਉਂਦਾ ਵੀ ਠੰਡ ਆਉਂਦੀ, ਸਿਆਲਾ ਆਉਂਦਾ ਨਾਲੇ ਇਹਨੂੰ ਪਾਣੀ ਨਹੀਂ ਮਿਲਦਾ ਅਤੇ ਲੋਹ ਦੇ ਪਾਰੂ ਸੁੱਕ ਜਾਂਦੇ ਨੇ, ਜਿਵੇਂ ਅਮਰੂਦ ਦਾ ਬੂਟਾ ਸੁੱਕ ਗਿਆ। ਹਾਂਜੀ, ਮਾਸ਼ਾਅੱਲਾ ਜੀ, ਇਸ ਲਈ ਸਾਡੇ ਵੱਲ ਤੁਸੀਂ ਸਾਡੀਆਂ ਮਿਰਚਾਂ ਚੈੱਕ ਕਰੋ, ਔਰ ਨਾਲ ਹੀ ਛੋਟੀ ਛੋਟੀ ਪੱਬਰੀ ਚੈੱਕ ਕਰੋ, ਜਿਹੜੀ ਰਾਈਟ ਦੇ ਵਿੱਚ ਅਸੀਂ ਗਤੇ ਦਿੰਦੇ ਹੋ ਨਾ ਖੁਸ਼ਬੂਦਾਰ, ਇਹ ਸਾਡੀ ਪੱਬਰੀ ਛੋਟੀ ਛੋਟੀ ਹੋ ਚੁੱਕੀ। ਇਸ ਲਈ ਸਾਡੇ ਲਈ ਅੰਗੂਰ ਦੇ ਬੂਟੇ ਮਾਸ਼ਾਅੱਲਾ ਹਰੇ ਹਰੇ, ਇਸ ਲਈ ਸਾਈਡ 'ਤੇ ਫੁੱਲਾਂ ਦੇ ਬੂਟੇ ਮਾਸ਼ਾਅੱਲਾ ਹਰੇ ਲੇ, ਔਰ ਫੁੱਟ ਦੀ ਜਿਹੜੀ ਫੁੱਟ ਦੀ ਵੱਲ ਹੈ ਨਾ
ਜਿਹੜੀ ਵੱਲ ਅਸੀਂ ਬੀਜੀ ਹੋਈ ਮਾਸ਼ਾਅੱਲਾ ਇਹ ਵੀ ਪਿਆਰੀ ਪਿਆਰੀ ਲੱਗ ਰਹੀ, ਔਰ ਅੰਮੀ ਹੋਰੀ ਆਪਦਾ ਕੰਮ ਕਰ ਰਹੇ ਝਾੜੂ ਦੇ ਰਹੇ ਨੇ, ਔਰ ਬਾਲਟੀਆਂ ਦੇ ਵਿੱਚ ਜਿਹੜਾ ਇਹਦਾ ਅਸੀਂ ਲਾ ਦਿੱਤਾ ਇਹ ਜਿਹੜੇ ਬੂਟੀ ਲਾਈ ਹੈ ਨਾ ਉਹ ਵੀ ਮਾਸ਼ਾਅੱਲਾ ਕਾਫੀ ਪਿਆਰੀ ਪਿਆਰੀ ਹੋ ਚੁੱਕੀ। ਇਸਦੇ ਸਾਈਡ 'ਤੇ ਅੰਮੀ ਆਪਣਾ ਝਾੜੂ ਵਗੈਰਾ ਦੇ ਰਹੀ, ਔਰ ਤੁਹਾਨੂੰ ਅਸੀਂ ਵਿਖਾ ਦੇਈ ਵੱਲਾਂ, ਜਿਹੜੀਆਂ ਵੱਲਾਂ ਦੇ ਅਸੀਂ ਕਾਨੇ ਨਾਲ ਲਾਇਆ, ਵੱਲਾਂ ਕਾਫੀ ਉੱਤੇ ਝਾੜ ਰਹੀਆਂ ਨੇ। ਹਾਂਜੀ, ਅਤੇ ਉਹ ਅਸੀਂ ਤੁਹਾਨੂੰ ਵਿਖਾ ਦਿੰਦੇ ਹਾਂ, ਇਹ ਤੁਸੀਂ ਮੇਰੇ ਵੱਲ ਚੈੱਕ ਕਰੋ ਮਾਸ਼ਾਅੱਲਾ। ਇਹਦੇ ਫੈਲੇ ਦਾ ਤੁਸੀਂ ਦੇਖ ਲਓ ਥੋੜ੍ਹੀ ਥੋੜ੍ਹੀ, ਕਿਉਂਕਿ ਇਹ ਵੱਲਾਵਾਂ ਮਾਰ ਕੇ ਇਸ ਤਰ੍ਹਾਂ ਉੱਤਾਂ ਚੜ੍ਹਦੀ ਆ ਅਸੀਂ। ਇੱਧਰ ਚੈੱਕ ਕਰੋ ਇਹ ਦੀਆਂ ਲੱਗ ਰਹੇ ਨੇ, ਇਹ ਛੋਟੀਆਂ ਛੋਟੀਆਂ ਜਿਹੜੀਆਂ ਨਾਲ ਚੰਬਰਦੀਆਂ ਜਾਂਦੀਆਂ, ਕਿਉਂਕਿ ਇਹ ਹੁਣ ਲਾਹਦੀਆਂ ਨੇ, ਕਿਉਂਕਿ ਹੁਣ ਇਹ ਉੱਤਾਂ ਚਲੀਆਂ ਜਾ ਸਨ ਆਪੇ। ਅਤੇ ਬਾਕੀ ਦੇ ਕੱਦੂ ਦੀ ਵਾਲ ਲਈ ਮਾਸ਼ਾਅੱਲਾ ਵੱਲਾਵੇਂ ਮਾਰ ਲਈਏ, ਅਤੇ ਔਰ ਨਾਲ ਨਾਲ ਚੰਬਰਦੀ ਜਾ ਸੀ, ਇਹ ਵੀ ਤੁਸੀਂ ਚੈੱਕ ਕਰੋ ਵਾਲ ਵਿੱਚ ਆ ਰਹੀ। ਇਧਲੀ ਸਾਈਡ ਇਹ ਵੀ ਚੈੱਕ ਕਰੋ, ਇਹ ਸਾਰੀਆਂ ਜਿਹੜੀਆਂ ਇਧਲੀ ਸਾਈਡ ਵੱਲਾਂ ਜਿਹੜੀਆਂ ਨਾ ਛੋਟੀਆਂ, ਅਤੇ ਇਹਦੇ ਸਾਈਡ ਲਕਾਨ ਮਾਸ਼ਾਅੱਲਾ ਅਸੀਂ ਲਾ ਦਿੱਤੇ ਹਨ। ਹੁਣ ਵੱਲਾਂ ਜਿਹੜੀਆਂ ਆਪੇ ਚੜ੍ਹੀਆਂ ਸਨ, ਔਰ ਇਹ ਸਬਜ਼ ਸਬਜ਼ ਦੀਵਾਰ ਜਿਹੜੀ ਨਾ ਉਹ ਲੱਗਣ ਲੱਗ ਗਿਆ ਸੀ। ਬਾਕੀ ਇਹਦੇ ਸਾਈਡ ਲਈ ਕਰੇਲੇ ਚੈੱਕ ਕਰੋ, ਕਰੇਲੇ ਜਿਹੜੇ ਨਾ ਥੋੜ੍ਹੀ ਥੋੜ੍ਹੀ ਅੱਬੂ ਮਿੱਟੀ ਸੁੱਟੀ ਹੋਈ ਵੱਲ, ਅਤੇ ਇਹ ਤਾਂ ਪਰ ਇਹ ਵੀ ਪਿਆਰੇ ਪਿਆਰੇ ਔਰ ਖੂਬਸੂਰਤ। ਇਹਦੇ ਵਿੱਚ ਤੋਰੀ ਚੈੱਕ ਕਰੋ, ਇਹ ਵੀ ਕਾਫੀ ਪਿਆਰੀ ਪਿਆਰੀ, ਇਹ ਤੁਸੀਂ ਚੈੱਕ ਕਰੋ ਇਹਨਾਂ ਮਾਸ਼ਾਅੱਲਾ ਇਹ ਕਾਫੀ ਪਿਆਰੀਆਂ ਵੱਲਾਂ ਜਿਹੜੀ ਨਾ ਉੱਤੇ ਚੜ੍ਹ ਚੁੱਕੀਆਂ। ਬਾਕੀ ਅੱਬੂ ਇੱਥੇ ਨਾਲ ਬਾਂਸ ਦੇ ਜਿਹੜੇ ਨਾ ਕਾਨੇ ਵਗੈਰਾ ਨਾਲ ਬੰਨ ਦਿੱਤੇ ਨੇ, ਸਮਝੋ ਮੁੱਠੀ ਬੰਨ ਦਿੱਤੀ ਹੈ, ਔਰ ਕਾਫੀ ਪਿਆਰੀ ਲੱਗ ਰਹੀਆਂ ਵੱਲਾਂ। ਅਤੇ ਅੰਮੀ ਜਿਹੜਾ ਆਪਦਾ ਝਾੜੂ ਝੁੱਖ ਦੇ ਲਿਆ, ਅੰਮੀ ਚੰਤ ਦੇ ਲਿਆ, ਹੁਣ ਰਹਿ ਗਿਆ ਥੱਲਾ। ਹਾਂਜੀ, ਅਤੇ ਇਹ ਜਿਹੜਾ ਅੰਮੀ ਸੁਬਹਾ ਸੁਬਹਾ ਨਾਲ ਤੁਸੀਂ ਪਾਣੀ ਸੱਟੇ, ਜ਼ਮੀਨ ਪੀ ਗਈ ਮੈਨੂੰ ਲੱਗਦਾ। ਹਾਂਜੀ, ਜ਼ਮੀਨ ਜਲਦੀ ਖੁਸ਼ਕ ਕਰ ਲੈਂਦੀ, ਪਾਣੀ ਗਰਮ ਹੁੰਦੀ ਹੈ ਨਾ ਗਰਮੀ ਦੀ ਵਜ੍ਹਾ ਤੋਂ, ਕਾਫੀ ਜਲਦੀ ਖੁਸ਼ਕ ਹੋ ਜਾਂਦਾ। ਸਾਰੀ ਜਿਹੜਾ ਘਰ ਦੀ ਸਫਾਈ ਕਰ ਲਈ ਹੈ, ਝਾੜੂ ਵਗੈਰਾ ਵੀ ਦੇ ਲਿਆ, ਨਾਲ ਜਿਹੜਾ ਬੱਗੀ ਜਿਹੜੀ ਸਬਜ਼ੀ ਲਿਆਉਂਦੀ ਨਾ ਉਹ ਵੀ ਮੈਂ ਲਾ ਕੇ ਆ ਚੁੱਕੀ ਹਾਂ। ਸਬਜ਼ੀ ਉਹ ਸਿਰਫ ਆਉਂਦੀ ਆਈ ਛੋਲਿਆਂ ਦੀ ਦਾਲ ਨਾਲ ਕੱਦੂ, ਅਤੇ ਦੂਏ ਪਿਆਜ਼ ਹੀ ਘਰ ਪੈਣ, ਲਸਣ ਅਤੇ ਟਮਾਟਰ, ਅਤੇ ਮੈਂ ਜਿਹੜਾ ਨਾਲ ਚੁੱਲ੍ਹੇ ਦੇ ਵਿੱਚ ਲਾ ਦਿੱਤੀਆਂ ਲੱਕੜੀ, ਅਤੇ ਇਹਨਾਂ ਨੂੰ ਲਾ ਦਿੰਦੇ ਹਾਂ ਅੱਗ, ਕਿਉਂਕਿ ਜਿਹੜੀ ਉੱਤੇ ਮੈਂ ਇਕੱਲੀ ਲਾਈ ਹੈ ਨਾ ਉਹਦੇ ਨਾਲ ਅੱਗ ਜਲਦੀ ਲੱਗ ਜਾਂਦੀ। ਅਤੇ ਮੇਰੇ ਵੱਲ ਤੁਸੀਂ ਸੋਚ ਰਹੇ ਹੋ ਕਿ ਕਿਉਂਕਿ ਅਸੀਂ ਹੁਣ ਤਾਂ ਕੱਦੂ ਲਾ ਰਹੇ ਹਾਂ ਜੀ ਮੁੱਲ, ਕਿਉਂਕਿ ਥੋੜ੍ਹੇ ਦਿਨਾਂ ਤਾਈਂ ਸਾਡੇ ਜਿਹੜਾ ਕੱਦੂ ਆਪਦੇ ਹੋ ਜਾ ਸਨ ਤਿਆਰ, ਕਿਉਂਕਿ ਅੱਜ ਜਿਹੜਾ ਬਾਈ ਸਲੀਮ ਉਹਦੀ ਪਾਣੀ ਲਾ ਰਹੇ ਹਨ ਅੱਬੂ ਔਰ ਬਾਈ ਸਲੀਮ, ਕਿਉਂਕਿ ਅਸੀਂ ਗਾਰੀ ਦੋ ਅੰਮੀ ਅਤੇ ਮੈਂ ਇਕੱਲਿਆਂ, ਕਿਉਂਕਿ ਮੈਂ ਲਾ ਜਾਣਾ ਮਗਰ ਨਾਸ਼ਤਾ, ਅਤੇ ਅੰਮੀ ਹੋਰੀ ਨਾਲ ਅੱਗ ਵੀ ਜਲਾ ਦਿੱਤੀ ਹੈ। ਅੱਗ ਜਿਹੜਾ ਮੈਂ ਜਲਾ ਦਿੱਤੀ ਹੈ, ਅਤੇ ਬੱਗੀ ਤੁਹਾਨੂੰ ਕੱਦੂ ਕਿਵੇਂ ਮਿਲਣ? ਕੱਦੂ ਮਿਲਣ ਬੈ ਬਹੁਤ ਮਹਿੰਗੇ। ਕਿਵੇਂ ਮਹਿੰਗੇ? 80 ਰੁਪਏ ਦਾ ਅੱਧਾ ਕਿਲੋ। ਅੱਧਾ ਕਿਲੋ 80 ਰੁਪਏ ਦਾ? ਹਾਂਜੀ, ਇਤਨੇ ਮਹਿੰਗੇ? ਹਾਂਜੀ। ਤੇ ਮੈਂ ਜਿਹੜਾ ਸਾਰਾ ਸਬਜ਼ੀ ਜਿਹੜਾ ਕੱਢ ਦੇਣੀ ਆ ਬਾਹਰ ਟੋਕਰੀ ਦੇ ਵਿੱਚ, ਤੇ ਪਹਿਲੇ ਤਾਂ ਅੱਗ ਮੈਂ ਤਾਂ ਜਲਾਈ ਹੈ ਜਿਹੜੀ ਨਾਲ ਦਾਲ ਉਹ ਰੱਖ ਦਿੰਦੇ ਹਾਂ ਉਬਲਨੇ, ਬੋਇਲ ਕਰਨੇ ਰੱਖ ਦਿਓ ਨਾ ਬਈ ਉਹ ਜਲਦੀ ਬਈ ਗਲ ਜਾਸੀ ਵਿੱਚ। ਪਾਣੀ ਜਿਹੜਾ ਮਾਸ਼ਾਅੱਲਾ ਉਬਲ ਰਿਹਾ, ਅਤੇ ਦਾਲ ਹੀ ਜਿਹੜਾ ਨਾ ਮੈਂ ਧੋ ਕੇ ਲਿਆ ਕੇ ਰੱਖ ਦਿੱਤੀ ਹੈ। ਪਾਣੀ ਜਿਹੜਾ ਵਿੱਚ ਮੈਂ ਦਾਲ ਦੇ ਪਾ ਕੇ ਰੱਖਿਆ ਨਾ ਉਹ ਕੱਢ ਲੈਂਦੀ ਹਾਂ ਬਾਹਰ ਕੌਲੀ ਦੇ ਵਿੱਚ, ਅਤੇ ਦਾਲ ਮੈਂ ਪਾ ਦਿੰਦੀ ਹਾਂ ਵਿੱਚ ਉਬਲਣੇ ਵਾਸਤੇ, ਅਤੇ ਦੂਸਰਾ ਜਿਹੜਾ ਡੱਕਰੇ ਵਗੈਰਾ ਉਹ ਵੀ ਨਾਲ ਤਿਆਰ ਕਰ ਲੈਂਦੇ ਹਾਂ। ਪਹਿਲੇ ਤਾਂ ਮੈਂ ਪਾ ਦਿੰਦੀ ਹਾਂ ਦਾਲ, ਬਿਸਮਿਲ੍ਲਾ। ਦਾਲ ਮੈਂ ਪਾ ਦਿੱਤੀ ਹੈ, ਅਤੇ ਥੋੜ੍ਹਾ ਜਿਹਾ ਪਾ ਦਿੰਦੇ ਹਾਂ ਨਮਕ ਜਿਹੜਾ
ਮਕਾ ਨਾਲ ਜਲਦੀ ਉਬਲ ਜਾਂਦੀ ਹੈ। ਨਮਕ ਮੈਂ ਪਾ ਦਿੱਤਾ ਅਤੇ ਹੁਣ ਮੈਂ ਬਣਾ ਲੈਂਦੀ ਹਾਂ ਡਕਰੇ ਕੀ ਆ ਕੱਦੂ ਦੇ ਪਹਿਲੇ ਤਾਂ, ਅਤੇ ਦਾਲ ਨੂੰ ਮੈਂ ਕਰ ਦਿੰਦੀ ਹਾਂ ਬੰਦ ਕੀ ਆ ਕੱਦੂ ਪਹਿਲੇ ਛਿਲਾਈ ਕਰ ਲੈਂਦੇ ਹਾਂ ਟੋਕਰੀ ਦੇ ਵਿੱਚ, ਛਿਲਕੇ ਦੀਆਂ ਲਾਹ ਕੇ ਰੱਖੀ ਆਉਂਦੇ ਹਾਂ ਅਤੇ ਉਸ ਤੋਂ ਬਾਅਦ ਡਕਰੇ ਕਰ ਲਈ ਸਾਂ ਇਸ ਦੇ ਵਿੱਚ। ਛਿਲਕੇ ਜੜਨਾ ਬਹੁਤ ਆਸਾਨੀ ਨਾਲ ਲਾਉਂਦੇ ਬਰੀਕ ਬਰੀਕ, ਕੱਦੂ ਜੜਨਾ ਮਾਸ਼ਾਅੱਲਾ ਲਵੇ ਨਾ। ਦਾਲ ਜੜਨਾ ਮਾਸ਼ਾਅੱਲਾ ਉਬਲ ਰਹੀ ਹੈ ਅਤੇ ਪਾਣੀ ਕਾਫੀ ਜੜਨਾ ਖੁਸ਼ਕ ਹੋ ਚੁੱਕਾ ਹੈ ਅਤੇ ਮੈਂ ਨਾਲ ਕਟਾਈ ਕੀਤੇ ਨੂੰ ਕਿਹਾ ਕੱਦੂ, ਕਿਹਾ ਕੱਦੂ ਤਾਂ ਕਟਾਈ ਹੋ ਚੁੱਕੇ ਹਨ, ਹੁਣ ਮੈਂ ਨਾਲ ਕਟਾਈ ਕਰ ਰਹੀ ਹਾਂ ਟਮਾਟਰ ਪਿਆਜ਼ ਦੂਸਰਾ ਮਸਾਲਾ ਵੀ ਤਿਆਰ ਕਰ ਲੈਂਦੇ ਹਾਂ ਜਲਦੀ ਜਲਦੀ, ਅਤੇ ਨਾਲ ਮੈਨੂੰ ਥੋੜ੍ਹਾ ਥੋੜ੍ਹਾ ਮਾਰਨਾ ਪੈਂਦਾ ਹੈ ਚੁੱਲ੍ਹਾ ਪੱਖੇ ਦਾ, ਮੱਖੀਆਂ ਜਿਹੜੀਆਂ ਬਹੁਤ ਜ਼ਿਆਦਾ ਤੰਗ ਕਰ ਲੈਂਦੀਆਂ। ਕਿਹਾ ਕੱਦੂ ਅਤੇ ਟਮਾਟਰ ਕਟਾਈ ਹੋ ਚੁੱਕੇ ਹਨ, ਹੁਣ ਮੈਂ ਨਾਲ ਕਟਾਈ ਕਰ ਰਹੀ ਹਾਂ ਪਿਆਜ਼। ਸਾਰਾ ਜਿਹੜਾ ਮਸਾਲੇ ਮੈਂ ਤਿਆਰ ਕਰ ਲੈਣ ਨਾਲ ਲਸਣ ਛਿਲਾਈ ਕਰ ਰਿਹਾ, ਪਿਆਜ਼ ਹਰੀਆਂ ਮਿਰਚਾਂ ਅਤੇ ਟਮਾਟਰ ਕਟਾਈ ਕਰ ਰਿਹਾ ਅਤੇ ਮਾਸ਼ਾਅੱਲਾ ਜਿਹੜਾ ਦਾਲ ਵੀ ਉਬਲ ਚੁੱਕੀ ਹੈ, ਇਹ ਮੈਂ ਪਹਿਲੇ ਕੱਢ ਦਿੰਦੀ ਹਾਂ ਪਾਣੀ ਬਾਹਰ ਅਤੇ ਦਾਲ ਪਾ ਲੈਂਦੀ ਹਾਂ ਡੋਂਗੇ ਦੇ ਵਿੱਚ। ਪਿਆਜ਼ ਜਿਹੜਾ ਫਰਾਈ ਹੋ ਚੁੱਕੇ ਹਨ ਅਤੇ ਮੈਂ ਹੁਣ ਪਾ ਦਿੰਦੀ ਹਾਂ ਵਿੱਚ ਮਸਾਲੇ, ਪਹਿਲੇ ਤਾਂ ਪਾ ਦਿੰਦੀ ਹਾਂ ਖੁਸ਼ਕ ਧਨੀਆ ਅਤੇ ਲਸਣ। ਖੁਸ਼ਕ ਧਨੀਆ ਅਤੇ ਲਸਣ ਪਾ ਦਿੱਤਾ, ਨਾਲ ਪਾ ਦਿੰਦੇ ਹਾਂ ਮਸਾਲੇ। ਇੱਕ ਚਮਚ ਪਾ ਦਿੰਦੇ ਹਾਂ ਰਤੀਆਂ ਮਿਰਚਾਂ ਅਤੇ ਇੱਕ ਚਮਚ ਹਲਦੀ ਅਤੇ ਅੱਧੀ ਚਮਚ ਨਿਮਕ, ਕਿਉਂਕਿ ਪਹਿਲੇ ਮੈਂ ਦਾਲ ਦੇ ਵਿੱਚ ਨਮਕ ਪਾਇਆ ਹੈ ਅਤੇ ਨਮਕ ਜ਼ਿਆਦਾ ਨਾ ਹੋ ਜਾਵੇ। ਥੋੜ੍ਹਾ ਸਾ ਪਾ ਦਿੰਦੇ ਹਾਂ ਪਾਣੀ। ਮਸਾਲਾ ਜਿਹੜਾ ਅੱਛੀ ਰੀਤ ਤਿਆਰ ਹੋ ਜਾ ਸੀ, ਉਸ ਤੋਂ ਬਾਅਦ ਪਾ ਦਿੱਤਾ ਅਤੇ ਨਾਲ ਥੋੜ੍ਹਾ ਥੋੜ੍ਹਾ ਮਾਰਨਾ ਪੈਂਦਾ ਜੱਲਾ ਕਿ ਜਿਹੜਾ ਮੱਖੀਆਂ ਬਹੁਤ ਜ਼ਿਆਦਾ ਤੰਗ ਕਰ ਲੈਂਦੀਆਂ ਸੁਬਹ। ਕੱਦੂ ਜਿਹੜਾ ਮਾਸ਼ਾਅੱਲਾ ਮੈਂ ਬੋਨੀ ਲਾ ਦਿੱਤੀ ਹੈ ਅੱਛੀ ਰੀਤ ਕੱਦੂਆਂ ਨੂੰ, ਅਤੇ ਹੁਣ ਨਾਲ ਪਾ ਦਿੰਦੇ ਹਾਂ ਦਾਲ ਕੱਦੂਆਂ ਨੂੰ। ਇਸ ਤੋਂ ਪਹਿਲੇ ਬੋਨੀ ਲਾਈਏ ਕਿ ਕੱਦੂ ਥੋੜ੍ਹਾ ਜਿਹਾ ਬੋਝ ਲਵਣ, ਅਤੇ ਦਾਲ ਤਾਂ ਮਾਸ਼ਾਅੱਲਾ ਪਹਿਲੇ ਮੈਂ ਉਬਾਲ ਕੇ ਰੱਖੀ ਹੋਈ ਆਈ ਡੱਬੇ ਦੇ ਵਿੱਚ, ਇਹ ਮੈਂ ਨਾਲ ਪਾ ਦਿੰਦੀ ਹਾਂ। ਦਾਲ ਜਿਹੜਾ ਮੈਂ ਪਾ ਦਿੱਤੀ ਹੈ ਅਤੇ ਇਹਨੂੰ ਅੱਛੀ ਰੀਤ ਕਰ ਦਿੰਦੇ ਹਾਂ ਮਿਕਸ।
ਸਾਲਾਂ ਜਾਣਾ ਮਾਸ਼ਾਅੱਲਾ ਸਾਲਾਂ ਨਾਲ ਤਿਆਰ ਹੁੰਦਾ ਨਾ ਅਸੀਂ ਤੇ ਮੈਂ ਗੋਨ ਲੈਨੀ ਆ ਆਟਾ ਨਾਲ ਰੋਟੀਆਂ ਵੀ ਤਿਆਰ ਕਰ ਲੈਨੇ ਆ ਤੇ ਆਟਾ ਜਿਹੜਾ ਕਾਫੀ ਮੈਂ ਜ਼ਿਆਦਾ ਗੁੱਦਾ ਹੈ ਕਿਉਂਕਿ ਪਾਣੀ ਅੱਜ ਤਿੰਨ ਚਾਰ ਜਣੇ ਪਾਣੀ ਲਾ ਰਹੇ ਨੇ ਉਹਨਾਂ ਵਾਸਤੇ ਗਲਣੀ ਹੈ ਰੋਟੀ ਸਬਜ਼ੀ ਨੂੰ ਸਾਲਣ ਜਿਹੜਾ ਉਹ ਥੋੜ੍ਹੀ ਜਿਹੀ ਡਿੱਲ ਹੈ ਸਾਲਣ ਵੀ ਨਾਲ ਤਿਆਰ ਹੋ ਜਾਂਦਾ ਹੈ ਆਟਾ ਮੈਂ ਤਿਆਰ ਕਰਕੇ ਰੱਖ ਲਿਆ ਅਤੇ ਰੋਟੀਆਂ ਅੱਜ ਅਸੀਂ ਲਵਾ ਲੈਂਦੇ ਹਾਂ ਤੰਦੂਰ ਤੋਂ ਕਿਉਂਕਿ ਇੱਥੇ ਮਾਈ ਤੰਦੂਰ 'ਤੇ ਰੋਟੀ ਲਾ ਦਿੰਦੀ ਹੈ ਕਿਉਂਕਿ ਸੁਬਹਾ ਨਾਲ ਰੋਟੀ ਤਾਂ ਬੰਦਾ ਨਾਸ਼ਤਾ ਤਵੇ 'ਤੇ ਬਣਾ ਲੈਂਦਾ ਹੈ ਅਤੇ ਇਹ ਇੰਝ ਸਮਝੋ ਰੋਟੀ ਬਣਦੀ ਪਈ ਸਾਡੀ ਦੁਪਹਿਰ ਦੀ ਅਤੇ ਮੇਰਾ ਜਿਹੜਾ ਕਾਫੀ ਟਾਈਮ ਹੋ ਚੁੱਕਾ ਹੈ ਔਰ ਖਾਣੇ ਨੂੰ ਲੇਟ ਹੋ ਚੁੱਕੀ ਹੈ ਅੱਬੂ ਹੋਰ ਵਾਸਤੇ ਖਾਣਾ ਵੀ ਲਾ ਜਾਂਦਾ ਅਸੀਂ ਆਖਿਆ ਵੀ ਜਲਦੀ ਜਲਦੀ ਜਿਹੜਾ ਜਿਹੜੀ ਲੈਂਦੀ ਹੈ ਨਾ ਅੰਮੀ ਔਰ ਦੀ ਹਮਸਾਇਆ ਜਿਹੜੇ ਤੰਦੂਰ 'ਤੇ ਰੋਟੀ ਮਾਈ ਲੈਂਦੀ ਆਂਟੀ ਸਾਡੀ ਅਤੇ ਉਸ ਕੋਲ ਜਾ ਕੇ ਰੋਟੀਆਂ ਲਵਾ ਲੈਂਦੇ ਹਾਂ ਅਤੇ ਔਰ ਜਲਦੀ ਜਲਦੀ ਆਨੰਦ ਮਗਰ ਜਿਹੜਾ ਖਾਣੇ ਲੈ ਜਾਂਦੇ ਹਾਂ ਅਤੇ ਔਰ ਨਾਲ ਅੰਮੀ ਖਾਣਾ ਵੀ ਤਿਆਰ ਸਾਲਣ ਵੀ ਥੋੜ੍ਹੀ ਦੇਰ ਉਹ ਵੀ ਤਿਆਰ ਕਰ ਲਿਆ ਔਰ ਨਾਲ ਆਟਾ ਵੀ ਅਤੇ ਅੰਮੀ ਸਾਲਣ ਚੋਂ ਕੀ ਦੇਰ ਕੋਈ ਨਹੀਂ ਦੇਰ ਸਾਲਣ ਤਿਆਰ ਹੋ ਜਾਂਦਾ ਇਤਨੇ ਚਿਰ ਤੁਸੀਂ ਰੋਟੀਆਂ ਲਵਾਇਆ ਸਾਲਾਂ ਜਿਹੜਾ ਨਾਲ ਨਾਲ ਤਿਆਰ ਹੋ ਰਿਹਾ ਅਤੇ ਮੈਂ ਜਾ ਕੇ ਅੰਮੀ ਲਵਾ ਦੇਣਾ ਰੋਟੀਆਂ ਅਤੇ ਫਿਰ ਜਿਹੜਾ ਲਾ ਜਾਂਦੇ ਹਾਂ ਅਸੀਂ ਅੱਬੂ ਔਰ ਦੇਰ ਸਾਲਣ ਜਿਹੜਾ ਮਾਸ਼ਾਅੱਲਾ ਤਿਆਰ ਹੋ ਚੁੱਕਾ ਅਤੇ ਮੈਂ ਜਿਹੜਾ ਲਾ ਕੇ ਲਾਏ ਆਉਂਦੀ ਹਾਂ ਅੰਦਰ ਰੋਟੀਆਂ ਜਿਹੜਾ ਬੱਗੀ ਨੂੰ ਪਾ ਦਿੰਦੀ ਹਾਂ ਅਤੇ ਕੰਦੂਰੀ ਵੀ ਮੈਂ ਲਾ ਲਈ ਹੈ ਕਿਉਂਕਿ ਪਹਿਲੇ ਮੈਂ ਕੰਦੂਰੀ ਧੋ ਕੇ ਟੰਗ ਦਿੱਤੀ ਆਈ ਆਗ ਜਿਹੜਾ ਮਾਸ਼ਾਅੱਲਾ ਕਾਫੀ ਜ਼ਿਆਦੀ ਬਾਲ ਰਹੀ ਹੈ ਸਾਲਣ ਜਿਹੜਾ ਮਾਸ਼ਾਅੱਲਾ ਮੈਂ ਲਾ ਕੇ ਅੰਦਰ ਆ ਚੁੱਕੀ ਹਾਂ ਬਾਹਰ ਕਾਫੀ ਜ਼ਿਆਦਾ ਗਰਮੀ ਆਏ ਅਤੇ ਅੰਦਰ ਤਾਂ ਮਾਸ਼ਾਅੱਲਾ ਪੱਖਾ ਚੱਲ ਰਿਹਾ ਅਤੇ ਮੈਂ ਪਾ ਦਿੰਦੀ ਹਾਂ ਰੋਟੀਆਂ ਪਹਿਲੇ ਤਾਂ ਫਿਰ ਰੋਟੀਆਂ ਠੰਡੀਆਂ ਹੋ ਜਾਣ ਬੱਗੀ ਰੋਟੀਆਂ ਲਵਾ ਕੇ ਆ ਚੁੱਕਾ ਇਹ 20 ਰੋਟੀਆਂ ਬਣੀਆਂ ਨਵੀਂ ਹਾਂਜੀ ਅਤੇ ਇਹ ਮੈਂ ਪਾ ਦਿੰਦੀ ਹਾਂ ਰੋਟੀਆਂ ਪਹਿਲੇ ਫਰਾਈ ਪਾਨ ਪਾ ਦਿੰਦੇ ਹਾਂ ਫਰਾਈ ਪਾਨ ਨਹੀਂ ਡੱਬਾ ਰੋਟੀਆਂ ਵਾਲਾ ਹਾਂਜੀ ਅਤੇ ਗਰਮੀ ਤੋਂ ਜਿਹੜਾ ਨਾ ਹਾਟ ਪਾਟ ਹਾਟ ਪਾਟ ਗਰਮੀ ਤੋਂ ਜਿਹੜਾ ਚੇਤਾ ਵੀ ਨਹੀਂ ਰਿਹਾ ਅਤੇ ਇਹਨਾਂ ਨੂੰ ਮੈਂ ਕਰ ਦਿੰਦੀ ਹਾਂ ਬੰਦ ਅਤੇ ਹੁਣ ਪਾ ਦਿੰਦੀ ਹਾਂ ਡੱਬੇ ਦੇ ਵਿੱਚ ਸਾਲਾਂ ਬਾਕੀ ਦੀ ਰੋਟੀਆਂ ਮੈਂ ਕਾਜ ਦਿੰਦੀ ਹਾਂ ਅਤੇ ਸਾਲਣ ਵਿੱਚ ਪਾ ਦਿੰਦੇ ਹਾਂ ਡੱਬੇ ਦੇ ਵਿੱਚ ਅਤੇ ਡੱਬਾ ਅੱਜ ਮੈਂ ਲਾਇਆ ਸਟੀਲ ਵਾਲਾ ਇਹਦੇ ਵਿੱਚ ਸਾਲਣ ਬੱਗੀਆਂ ਦੇ ਵਿੱਚ ਸਾਲਣ ਮਿੱਟੀ ਸੀ ਤਾਂ ਨਾ ਨਹੀਂ ਮਿੱਟੀ ਹੁੰਦਾ ਮਾਸ਼ਾਅੱਲਾ ਇਤਨਾ ਬੜਾ ਹਾਂਜੀ ਹੋਰ ਥੋੜ੍ਹਾ ਜਿਹਾ ਪਾ ਜਾਓ ਕਿਉਂਕਿ ਖੁੱਟੇ ਨਹੀਂ ਉਹ ਜ਼ਿਆਦਾ ਹੋਣਾ ਚਾਹੀਦਾ ਖੁੱਟੇ ਨਹੀਂ ਇਹ ਪਾ ਦਿਓ ਅਤੇ ਨਾਲ ਛਾਪਰ ਹੀ ਪੈਕ ਕਰਕੇ ਉਹਦੇ ਵਿੱਚ ਪਾ ਦਿਓ ਬਈ ਜਿਹੜਾ ਨਾ ਸ਼ੋਰ ਜਿਹੜਾ ਉੱਤੋਂ ਜਿਹੜਾ ਨਾ ਸ਼ੋਰਬਾ ਬੈਠੀ ਵੀ ਨਹੀਂ ਰੋਟੀਆਂ ਨੇ ਖਰਾਬ ਹੋਣ ਨਹੀਂ ਖਰਾਬ ਹੋਣੀ ਅਸਲਾਮ ਵਾਲੇਕੁਮ ਕੀ ਹਾਲ ਮੇਰੇ ਭੈਣ ਬਾਈ
ਅਲਹਮਦੁਲਿਲਾ ਕਾਫੀ ਦੇਰ ਬਾਅਦ ਖਾਣਾ ਹੋ ਚੁੱਕਾ ਜੀ ਤਿਆਰ, ਕਿਉਂਕਿ ਇਹ ਵਾਲੀ ਅੰਮੀ ਰੋਟੀਆਂ ਪਾ ਕੇ ਦਿੱਤੀਆਂ, ਇਹ ਵਾਲਾ ਜਿਹੜਾ ਸਾਲਣ ਪਾ ਕੇ ਦੇ ਦਿੱਤਾ ਅਤੇ ਨਾਲ ਆ ਚੁੱਕਾ ਕੂਲਰ, ਅਤੇ ਬਾਈ ਸਲੀਮ ਚੌਖੇ ਕੰਮ ਹੋ ਗਿਆ, ਕੰਮ ਚੂਣ ਹੋ ਗਿਆ, ਅਤੇ ਬਾਈ ਸਲੀਮ ਆ ਕੇ ਵੀ ਚੂਣ ਹੋ ਗਿਆ ਕੰਮ, ਵੀ ਇਨਸ਼ਾਲਾ ਸ਼ਾਮ ਥੋੜ੍ਹੀ ਨਹੀਂ ਤਾਂ ਸੁਬਹ ਮੁੱਕ ਜਾ ਸੀ ਕੰਮ ਸਾਡਾ, ਅਤੇ ਮੇਰੇ ਵਾਰ ਇਹ ਰੋਟੀਆਂ ਹੀ ਅਸੀਂ ਚਾਹ ਲੈਂਦੇ, ਮੈਂ ਚਾਹ ਲੈਂਦਾ ਸਾਲਣ, ਬਾਈ ਸਲੀਮ ਤੁਸੀਂ ਚਾਹ ਲਓ ਕੂਲਰ, ਕੂਲਰ ਦੇ ਵਿੱਚ ਪਾ ਦਿੱਤੀ ਬਰਫ, ਕਿਉਂਕਿ ਪਾਣੀ ਅਸੀਂ ਬਾਲ ਲਈ ਸਾਂ ਜੀ ਅੱਗੋਂ, ਤਾਂ ਮੈਂ ਅਜੇ ਤਾਈਂ ਖਾਣਾ ਕੋਈ ਨਹੀਂ ਖਾਧਾ, ਕਿਉਂਕਿ ਜਿਹੜੇ ਕੰਮ ਕਰ ਰਹੇ ਉਹਨਾਂ ਨੂੰ ਖਾਣਾ ਪਹਿਲੇ ਦਿੰਦੇ ਹਾਂ, ਕਿਉਂਕਿ ਜਿਹੜੇ ਅਸੀਂ ਕੰਮ ਕੋਈ ਨਹੀਂ ਕੀਤਾ ਉਹਨਾਂ ਨੂੰ ਤਾਂ ਜਲਦੀ ਨਹੀਂ ਭੁੱਖ ਲੱਗਦੀ, ਵੈਸੇ ਹੁਣ ਗਰਮੀ ਹੈ, ਜਿਹੜੇ ਕੰਮ ਕਰ ਰਹੇ ਨੇ ਉਹਨਾਂ ਨੂੰ ਜਲਦੀ ਭੁੱਖ ਲੱਗ ਜਾਂਦੀ, ਮੈਂ ਚਾਹ ਲੈਂਦਾ ਸਾਲਣ, ਬਾਈ ਸਲੀਮ ਤੁਸੀਂ ਇਹ ਚਾਹ ਲਓ ਕੂਲਰ, ਅਤੇ ਨਾਲ ਪਾ ਲਓ ਜੁੱਤੀ, ਕਿਉਂਕਿ ਬਾਈ ਸਲੀਮ ਹੋਰੀ ਉੱਤੇ ਚੜੇ ਬੈਠੇ, ਕਿਉਂਕਿ ਖਾਣਾ ਜਿਹੜਾ ਬਾਈ ਸਲੀਮ ਅਤੇ ਔਰ ਜਿਹੜੇ ਨਾਲ ਪਾਣੀ ਲਵਾ ਰਹੇ ਨਾ ਉਹ ਫਿਰ ਰਲ ਕੇ ਖਾ ਲਏ ਸਨ, ਅਤੇ ਮੈਂ ਵਾਪਸੀ ਆ ਕੇ ਖਾਣਾ ਖਾ ਲਏ ਸਾਂ, ਅਤੇ ਖਾਣੇ ਨੂੰ ਕਾਫੀ ਲੇਟ ਹੋ ਚੁੱਕੀ ਹੈ, ਔਰ ਅੱਬੂ ਨੂੰ ਚੱਲ ਕੇ ਦਿੰਦੇ ਖਾਣਾ, ਅਤੇ ਇਸ ਵਲੋਗ ਤੱਕ ਰਹਿੰਦੇ ਪਏ ਥਾਈਂ ਐਂਡ, ਸੁਬਹ ਨਵੇਂ ਵਲੋਗ ਮਿਲ ਸਾਂ, ਅਤੇ ਔਰ ਮੇਰੀ ਟਿਕਟੋਕ ਦੀ ਆਡੀਅੰਸ ਸਪੋਰਟ ਕੀਤੀ ਕਰੋ, ਬੱਗੀ ਫੈਮਲੀ 541, ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕੀਤਾ ਕਰੋ, ਮੇਰੇ ਚੈਨਲ ਸਪੋਰਟ ਕੀਤੀ ਕਰੋ, ਸੁਬਹ ਨੈਕਸਟ ਡੇ ਮਿਲ ਸਾਂ, ਅੱਲਾ ਹਾਫਿਜ਼।